ਪਿਛਲੇ ਕਈ ਦਹਾਕਿਆਂ ਤੋਂ ਦਰੇਸੀ ਮੈਦਾਨ ਵਿਖੇ ਰਾਮਲੀਲਾ ਦੇ ਕੀਤੇ ਜਾ ਰਹੇ ਆਯੋਜਨ ਤਹਿਤ ਇਸ ਸਾਲ ਵੀ ਦੁਸਹਿਰਾ ਮੇਲੇ ਦਾ ਸ਼ੁਭ ਆਰੰਭ ਦੁਸਹਿਰਾ ਕਮੇਟੀ ਵੱਲੋਂ ਕੀਤਾ ਗਿਆ। ਇਸ ਮੇਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੰਦੀਪ ਥਾਪਰ ਅਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਇਹ ਮੇਲਾ 18 ਸਤੰਬਰ ਤੋਂ ਲੈ ਕੇ 9 ਅਕਤੂਬਰ ਤੱਕ ਚੱਲੇਗਾ, ਜਿਸ ਵਿੱਚ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਮੇਲੇ ਵਿੱਚ ਆਉਣ ਵਾਲਿਆਂ ਲਈ ਝੂਲੇ, ਡਾਇਨਾਸੌਰ ਸ਼ੋਅ ਤੋਂ ਇਲਾਵਾ ਮਨੋਰੰਜਨ ਲਈ ਹੋਰ ਵੀ ਪ੍ਰਬੰਧ ਕੀਤੇ ਗਏ ਹਨ। ਪ੍ਰਾਚੀਨ ਦੁਸਹਿਰਾ ਮੇਲਾ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਸ਼ਰਧਾਪੂਰਵਕ ਅਤੇ ਬਹੁਤ ਹੀ ਪ੍ਰਾਚੀਨ ਚੱਲਦਾ ਆ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਗਰਾਊਂਡ ਦਰੇਸੀ ਮੈਦਾਨ ਦੇ ਵਿੱਚ ਰਾਮਲੀਲਾ ਕਮੇਟੀ ਵੱਲੋਂ ਰਾਮਲੀਲਾ ਕਰਾਈ ਜਾਂਦੀ ਹੈ ਅਤੇ ਉਹਦੇ ਨਾਲ ਸਾਰੇ ਹੀ ਜਿੰਨੇ ਵੀ ਝੂਟੇ ਜੇ ਆਪਣਾ ਜਿਹੜੀ ਵੀ ਆਈਟਮਾਂ ਨੇ ਉਹ ਸਾਰਾ 18 ਤਰੀਕ ਤੋਂ ਲੈ ਕੇ 9 ਤਰੀਕ ਤੱਕ ਇਹ ਮੇਲੇ ਦਾ ਆਯੋਜਨ ਕੀਤਾ ਜਾਂਦਾ। ਜੈ ਸ਼੍ਰੀ ਰਾਮ। ਪਹਿਲਾਂ ਤਾਂ ਲੁਧਿਆਣਾ ਵਾਸੀਆਂ ਨੂੰ ਦੁਸਹਿਰੇ ਦੇ ਅਵਸਰ ਦੇ ਉੱਤੇ ਅੱਗੇ ਜਿਹੜਾ ਪਾਰੰਪਰਿਕ ਇਤਿਹਾਸਿਕ ਪ੍ਰਾਚੀਨ ਦੁਸਹਿਰਾ ਮੇਲਾ ਜਿਹੜਾ ਕਿ ਪਿਛਲੇ ਹਜ਼ਾਰਾਂ ਸਾਲਾਂ ਤੋਂ ਸਾਡੀ ਪਰੰਪਰਾ ਦੇ ਮੁਤਾਬਕ, ਹਿੰਦੂ ਪਰੰਪਰਾ ਦੇ ਮੁਤਾਬਕ ਮਨਾਇਆ ਜਾਂਦਾ, ਸਨਾਤਨ ਧਰਮ ਪੱਧਤੀ ਦੇ ਅਨੁਸਾਰ ਰਾਮਲੀਲਾ ਮੈਦਾਨ ਦਰੇਸੀ ਦੇ ਵਿੱਚ ਲੁਧਿਆਣਾ ਵਿੱਚ ਸ਼ੁਰੂ ਹੋਣ ਜਾ ਰਿਹਾ। ਅੱਜ 18 ਤਰੀਕ ਨੂੰ ਇਹਦਾ ਸ਼ੁਭ ਉਦਘਾਟਨ ਦੁਪਹਿਰੇ ਕੰਜਕਾਂ ਪੂਜਨ ਦੇ ਨਾਲ ਸ਼ੁਰੂ ਹੋਇਆ। ਹੁਣ 5 ਵਜੇ ਇੱਕ ਕੰਜਕਾਂ ਦੇਵੀ ਦੇ ਕੋਲੋਂ ਇਹਦਾ ਰਿਬਨ ਕਟਵਾ ਕੇ ਇਹਦੀ ਸ਼ੁਰੂਆਤ ਕੀਤੀ ਜਾਊਗੀ। ਹਰ ਸਾਲ ਦੀ ਤਰ੍ਹਾਂ ਇੱਥੇ ਅਲੱਗ ਅਲੱਗ ਪ੍ਰਦੇਸ਼ਾਂ ਤੋਂ ਝੂਲੇ ਔਰ ਕਾਲਾ ਜਾਦੂ ਔਰ ਅਲੱਗ ਅਲੱਗ ਪ੍ਰਦੇਸ਼ਾਂ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਆਈਟਮਾਂ ਲੁਧਿਆਣੇ ਦੇ ਲੋਕਾਂ ਨੂੰ ਪਰੋਸੀਆਂ ਜਾਣਗੀਆਂ। ਔਰ ਸਭ ਤੋਂ ਬੜੀ ਚੀਜ਼ ਜਿਹੜੀ ਕਿ ਸਾਡੀ ਜਿਹੜੇ ਸਟੂਡੈਂਟਸ ਨੇ, ਸਾਡੇ ਜਿਹੜੇ ਬੱਚੇ ਨੇ, ਉਹਨਾਂ ਦਾ ਇੱਕ ਸਬਜੈਕਟ ਵੀ ਹੈ ਡਾਇਨਾਸੌਰ, ਜਿਹੜੀ ਪ੍ਰਜਾਤੀ ਲੁਪਤ ਹੁੰਦੀ ਜਾ ਰਹੀ ਹੈ, ਉਹ ਪ੍ਰਜਾਤੀ ਨੂੰ ਲੋਕਾਂ ਦੇ ਵਿੱਚ ਰੱਖਣ ਦੇ ਲਈ, ਤਾਂ ਜੋ ਸਾਡੇ ਬੱਚਿਆਂ ਨੂੰ ਉਸ ਪ੍ਰਜਾਤੀ ਬਾਰੇ ਪਤਾ ਲੱਗੇ ਔਰ ਸਾਡੇ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਦੇ ਬਾਰੇ ਜਿਹੜਾ ਇੱਥੇ ਮੰਚਨ ਕੀਤਾ ਜਾ ਰਿਹਾ ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰ ਲੁਧਿਆਣਾ ਵੱਲੋਂ, ਉਹਦਾ ਇੱਥੇ ਮੇਲਾ 18 ਤਰੀਕ ਤੋਂ ਲੈ ਕੇ 9 ਅਕਤੂਬਰ ਤੱਕ ਚੱਲੇਗਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।